ਸੁਣੋ ਮੇਰਾ ਨਾਮ ਰੋਹਨ ਹੈ ਪਲਾ ਤੁਸੀਂ ਮੈਨੂੰ ਹੀ ਦੱਸ ਸਕਦੇ ਹੋ ਜੇ ਤੁਸੀਂ ਕੰਪਿਊਟਰ ਸਮਾ ਕਿਹੜੀ ਕਿਹੜੀ ਸੇਵਾ ਦਿੰਦੇ ਹੋ ਹਾਂ ਬਿਲਕੁਲ ਮੇਰਾ ਨਾਮ ਗੀਤਾ ਹੈ ਤੇ ਜਿਵੇਂ ਤੁਸੀਂ ਦਿਖਾ ਰਹੇ ਹੋ ਜਿਵੇਂ ਦੇ ਕੋਲ ਇੰਟਰਨੈਟ ਸੁਵਿਧਾ ਯੁਕਤ ਇੱਕ ਕੰਪਿਊਟਰ ਹੈ ਜਿਹਦੇ ਜਰੀਏ ਮੈਂ ਬਖ ਬਖ ਸੇਵਾ ਜਿਵੇਂ ਰੇਲ ਟਿਕਟ ਦੀ ਬੁਕਿੰਗ ਬਖ ਬਖ ਪ੍ਰਕਾਰ ਦੀ ਸੂਚਨਾ ਜਾਣਨ ਚ ਬਿਜਲੀ ਤੇ ਮੋਬਾਈਲ ਫੋਨ ਤੇ ਬਿੱਲੇ ਦੇ ਭੁਗਤਾਨ ਬੈਂਕ ਸਮਾ ਲੈਣ ਦੇ ਪੈਨ ਕਾਰਡ ਪਾਸਪੋਰਟ ਦਾ ਅਰਜ਼ੀ ਵਗੈਰਾ-ਵਗੈਰਾ ਦੀ ਸਹੂਲਤ ਆਸਲ ਕਰਾਈ ਸਕਨੀਆ ਅੱਛਾ ਇਹਦਾ ਮਤਲਬ ਮੇਰੇ ਗ੍ਰਾਂਹ ਆਲਣ ਕੀ ਇਹਨੇ ਕੰਮੇ ਦੇ ਲਈ ਸ਼ਹਿਰ ਜਾਣੇ ਦੀ ਲੋੜ ਨਹੀਂ ਹੈ ਨਹੀਂ ਬਿਲਕੁਲ ਨਹੀਂ ਜੇਕਰ ਗ੍ਰਾਂਹ ਚ ਇੰਟਰਨੈਟ ਯੁੱਗ ਕੰਪਿਊਟਰ ਸਹੂਲਤ ਆਸਲ ਹੈ ਤਾਂ ਗ੍ਰਾਂਹ ਆਲਣ ਕੀ ਇਹਨੇ ਸਹੂਲਤਾਂ ਕੀ ਆਸਲ ਕਰਨੇ ਲਈ ਸ਼ਹਿਰ ਜਾਣੇ ਦੀ ਲੋੜ ਨਹੀਂ ਹੈ ਅੱਛਾ ਇਹ ਤਾਂ ਬੜਾ ਕੇ ਖਰਾ ਹੈ ਮੇਂ ਇਹ ਪੂਰਾ ਵਿਸ਼ਵਾਸ ਹੈ ਜੇ ਇਹ ਸਭ ਜਾਨੀ ਹੈ ਗ੍ਰਾਂਹ ਆਲੇ ਵੀ ਮੇਰਾ ਨਾਮ ਲੇਖਾ ਖੁਸ਼ੋਗਨ ਹਾਂ ਬਿਲਕੁਲ ਤੁਸੀਂ ਇਹਨੇ ਗ੍ਰਾ ਆ ਲੇਂਗੀ ਜ਼ਰੂਰ ਦੱਸੋ ਸੁਨਿਓ ਮੇਰਾ ਨਾਮ ਰਾਮ ਪ੍ਰਸਾਦ ਹੈ ਤੁਸੀਂ ਕਿਹੜੀ ਕਿਹੜੀਆਂ ਆਨਲਾਈਨ ਸੇਵਾ ਮੁਹੱਈਆ ਕਰਾਈ ਸਕਦੀਆਂ ਹੋ ਮੇਰੇ ਸ਼ਹਿਰ ਗੇਰੇ ਬਗੈਰ ਕੀ ਆ ਤੁਸੀਂ ਮੇਰਾ ਬਿਜਲੀ ਦਾ ਬਿੱਲ ਜਮ੍ਹਾਂ ਕਰਾਈ ਸਕਦੀਆਂ ਹੋ ਮੇਕੀ ਸਫਰ ਕਰਨੇ ਚ ਬੜੀ ਤਕਲੀਫ ਹੁੰਦੀ ਹੈ ਹਾਂ ਬਿਲਕੁਲ ਤੁਸੀਂ ਇੰਨੀ ਦੂਰ ਕੇ ਬਗੈਰ ਆਪਣੇ ਬਿਜਲੀ ਦੇ ਬਿੱਲ ਦਾ ਭੁਗਤਾਨ ਇਥੋਂ ਆ ਕੇ ਕਰ ਸਕਦੇ ਹੋ ਇਹ ਨਹੀਂ ਤੇ ਇਹ ਮੇਰੇ ਆਸਤੇ ਬੜੀ ਸਹੂਲਤਾਂ ਵਾਲੀ ਗੱਲ ਹੋਊ। ਕੀ ਆ ਤੂੰ ਸੇ ਕੰਪਿਊਟਰ ਦੇ ਜ਼ਰੀਏ ਫਸਲ ਦੇ ਬਾਜ਼ਾਰਾਂ ਦੇ ਭਾਅ ਵੀ ਸੁਣਾਈ ਸਕਦੇ ਆਂ? ਹਾਂ ਬਿਲਕੁਲ। ਮੈਂ ਕੰਪਿਊਟਰ ਉੱਪਰ ਇੰਟਰਨੈਟ ਦੇ ਰਾਹੀਂ ਵਰਤਮਾਨ ਚ ਫਸਲ ਦੇ ਭਾਅ ਵੀ ਦੱਸ ਹੀ ਸਕਣੀਆਂ। ਇਹ ਤੇ ਬੜੀ ਅਹਿਰਾਨੀ ਵਾਲੀ ਗੱਲ ਐ। ਕੀ ਅਸ ਸਾਰੇ ਇਹਨੇ ਸਹੂਲਤਾਂ ਦੀ ਗ੍ਰਾਂਜ ਚ ਵੀ ਅਸਲ ਕਰੀ ਸਕਨੇ ਆਂ? ਹਾਂ ਇੰਟਰਨੈਟ ਦੇ ਰਾਹੀਂ ਇਹ ਸਭੇ ਸੂਚਨਾ ਤੂੰ ਸ ਆਪਣੇ ਗ੍ਰਾਂਜ ਚ ਵੀ ਅਸਲ ਕਰ ਸਕਦੇ ਓ। ਮੈਂ ਸੁਣਿਆ ਜੀ ਅੱਜਕੱਲ ਇੰਟਰਨੈਟ ਦੀ ਸੁਵਿਧਾ ਮੋਬਾਈਲ ਫੋਨ ਉੱਪਰ ਵੀ ਉਪਲਬਧ ਹੈ ਕੀ ਇਹ ਸੱਚ ਹੈ ਹਾਰੋਣ ਨਾ ਸੋੜੇ ਮੋਬਾਈਲ ਫੋਨ ਸਗੂ ਅੱਜਕੱਲ ਲੋਕ ਸਮਾਰਟਫੋਨ ਜਿਹਾ ਟੈਬਲੇਟ ਉੱਪਰ ਵੀ ਇੰਟਰਨੈਟ ਕਨੈਕਸ਼ਨ ਦਾ ਉਪਯੋਗ ਮਤ ਸਾਰੇ ਕੰਮੇ ਦੇ ਲਈ ਕਰਦੇ ਨੇ ਇਹ ਸਭ ਸੁਣਨੇ ਚ ਮੇਰੀ ਬੜਾ ਖਰਾ ਲੱਗਦਾ ਹੈ ਬਣਾ ਤੁਸ ਮੇਗੀ ਕੰਪਿਊਟਰ ਸਮਾਰਟਫੋਨ ਤੇ ਟੈਬਲੇਟ ਦੇ ਬਾਰੇ ਚ ਸਿਖਾਈ ਸਕਦੇ ਹੋ ਬਿਲਕੁਲ ਰੋਹਨ ਭੇਜਾਓ ਮੈਂ ਤੁਸੇ ਕੀ ਕੰਪਿਊਟਰ smartphones ਤੇ tablet ਦੇ ਬਾਰੇ ਚ ਮਤਾ ਦੱਸਨੀ ਆ ਅੱਜ ਕੰਪਿਊਟਰ ਸਮਾ ਕੀ ਕੀ ਕਰ ਸਕਨੇ ਆ ਕੰਪਿਊਟਰ ਦੇ ਰਾਹੀਂ ਮੀਲੋ ਦੂਰ ਹੋਣੇ ਵਾਲੇ ਪਰਿਵਾਰ ਦੇ ਸਦਸੇ ਤੇ ਮਿੱਤਰਕ ਨੇ ਜੁੜਾ ਜਾਇ ਸਕਦਾ ਹੈ ਰੇਲ ਟਿਕਟ ਬੁੱਕ ਕਰਾਈ ਜਾ ਸਕਦੀ ਹੈ ਬੈਂਕ ਖਾਤੇ ਚ ਲੈਣ-ਦੇਣ ਕੀਤਾ ਜਾਇ ਸਕਦਾ ਹੈ ਸੂਚਨਾ ਇਕੱਠੀਆਂ ਕੀਤੀ ਜਾਇ ਸਕਦੀਆਂ ਖੇਡ ਖੇਡੇ ਜਾਇ ਸਕਦੇ ਗਾਣੇ ਸੁਨੇ ਜਾਇ ਸਕਦੇ ਤੇ ਸਿਨਮਾ ਪਿਕਚਰ ਦੇਖੀ ਜਾਇ ਸਕਦੀ ਹੈ ਉਹ ਅਸ ਕੰਪਿਊਟਰ ਤੇ ਉਹਦੇ ਬਾਕ-ਬਾਕ ਇਸੇ ਦੇ ਬਾਰੇ ਚ ਸਿੱਖਨੇ ਆ ਪ੍ਰਦਰਸ਼ਿਤ ਕੰਪਿਊਟਰ ਦੋਂ ਇਸੇ ਚ ਵਿਭਾਜਿਤ ਹੁੰਦਾ ਹੈ ਹਾਰਡਵੇਅਰ ਤੇ ਸੌਫਟਵੇਅਰ ਕੰਪਿਊਟਰ ਤੇ ਉਹਦੇ ਨਾਲ ਜੁੜੇਦੇ ਸਭੇ ਉਪਕਰਣੇ ਕੀ ਹਾਰਡਵੇਅਰ ਆਖਦੇ ਕੁਛੇ ਕੰਮ ਹੈ ਕੀ ਪੂਰਾ ਕਰਨ ਦੇ ਲਈ ਕੰਪਿਊਟਰ ਨਿਰਦੇਸ਼ਨ ਦੇ ਜਿਨੇ ਸਮੂਹ ਸਮੂਹੇ ਦਾ ਪਾਲਨ ਕਰਦਾ ਉਹਨੇ ਕੀ ਸੌਫਟਵੇਅਰ ਆਖਦੇ ਤੁੰ ਦਾ ਮਤਲਬ ਇਹ ਤੇ ਸਕਰੀਨ ਉੱਪਰ ਦਿਖਣਿਆਲੇ ਸਭੇ ਆਈਕਨ ਸੌਫਟਵੇਅਰ ਹੁੰਦੇ। ਹਾਂ ਰੋਹਨ, ਸੌਫਟਵੇਅਰ ਕੰਪਿਊਟਰ ਦੇ ਪ੍ਰੋਗਰਾਮ ਹੁੰਦੇ ਜਿੰਦੇ ਨਾਲ ਅਸੀਂ ਖਰੀ ਚਾਲੀ ਕੰਮ ਕਰਨੇ ਆ। ਹੁਣ ਅਸੀਂ ਬੱਖ-ਬੱਖ ਉਪਕਰਣੇ ਦੇ ਬਾਰੇ ਚ ਜਾਣਨਾ ਲੋੜ ਚਦਾ ਜਿੰਦੇ ਨਾਲ ਕੰਪਿਊਟਰ ਬੰਦਾ ਹੈ। ਹੁਣ ਅਸੀਂ ਬੱਖ-ਬੱਖ ਉਪਕਰਣੇ ਦੇ ਬਾਰੇ ਚ ਜਾਣਨਾ ਲੋੜ ਚਦਾ ਜਿੰਦੇ ਨਾਲ ਕੰਪਿਊਟਰ ਬੰਦਾ ਹੈ। ਕੰਪਿਊਟਰ ਦੇ ਤਰੇ ਇਸੇ ਹੁੰਦੇ ਇਨਪੁਟ ਡਿਵਾਈਸ, ਪ੍ਰੋਸੈਸਿੰਗ ਡਿਵਾਈਸ, ਆਊਟਪੁਟ ਡਿਵਾਈਸ। ਜਿਵੇਂ ਇੱਕ ਟਰੈਕਟਰ ਦੀ ਚਲਾਉਣ ਦੇ ਲਈ ਡੀਜ਼ਲ ਜਾਂ ਪੈਟਰੋਲ ਦੀ ਲੋੜ ਹੁੰਦੀ ਹੈ ਠੀਕ ਉਸੇ ਤਰ੍ਹਾਂ ਇੱਕ ਕੰਪਿਊਟਰ 'ਚ ਡਾਟਾ ਪੰਨੇ ਨਿਰਦੇਸ਼ ਤੇ ਸੂਚਨਾ ਸੰਕਲਿਤ ਕਰਨੇ ਬਖ ਬਖ ਕਾਰਜ ਕਰਨੇ ਦੇ ਲਈ ਉਪਕਰਨ ਦੀ ਲੋੜ ਹੁੰਦੀ ਹੈ ਕੰਪਿਊਟਰ 'ਚ ਡਾਟਾ ਪੰਨੇ ਨਿਰਦੇਸ਼ ਤੇ ਸੂਚਨਾ ਸੰਕਲਿਤ ਕਰਨੇ ਦੇ ਲਈ ਉਪਕਰਨ ਦਾ ਉਪਯੋਗ ਕੀਤਾ ਜਾਂਦਾ ਉਹਨੇ ਕੀ ਇਨਪੁਟ ਡਿਵਾਈਸ ਆਖ ਦਿਨ ਇਹਨਾਂ ਫੋਟੋਆਂ ਗੀ ਦੇਖੋ ਇਹ ਕਿਹ ਇਨਪੁਟ ਡਿਵਾਈਸ ਨਾ ਇਨਵਰ ਵਰਤੂਂ ਕੰਪਿਊਟਰ ਚ ਹੁੰਦੀ ਹੈ ਇਹ ਇਨਪੁਟ ਡਿਵਾਈਸ ਇਸ ਚਾਲਿੰਗ ਪੈਨ ਡਰਾਈਵ ਮਾਊਸ ਕੀਬੋਰਡ ਸੀਡੀ ਤੇ ਮਾਈਕ੍ਰੋਫੋਨ ਕੀਬੋਰਡ ਤੇ ਮਾਊਸ ਪ੍ਰਾਪਿਕ ਇਨਪੁਟ ਡਿਵਾਈਸ ਨਾ ਇਹ ਬਿਲਕੁਲ ਟਾਈਪ ਰਾਈਟਰ ਦੇ ਕੀਬੋਰਡ ala ਲੇਖਾ ਗੇ ਦਿਖਦਾ ਹੈ ਹਾਂ ਇਹਦੇ ਚ ਕਿਸ਼ ਬਾਦੂ ਬਟਨ ਜ਼ਰੂਰ ਨਾ ਹਾਂ ਸਾਮਾਨ ਕੀਬੋਰਡ ਦੇ ਬਟਨ ਦੇ ਕਰਨਾ ਹੈ ਇਹ ਵਿੱਚ ਕਿਸ਼ ਅੰਕ ਕੇ ਤੇ ਵਿਸ਼ੇਸ਼ ਬਟਨ ਜ਼ਰੂਰ ਹੁੰਦੇ ਹਨ ਪਲਾ ਤੁਸਮੀ ਕੀ ਦੱਸ ਕੇ ਜੇ ਇਨੇ ਚੇਚੇ ਪਟੰਦਾ ਪ੍ਰਯੋਗ ਕਿਸ ਲਈ ਕੀਤਾ ਜਾਂਦਾ ਹੈ ਅੰਕ ਬਟਨ ਦੀ ਮਦਦ ਕਰਨਾ ਹੈ ਕੈਲਕੂਲੇਟਰ ਦੀ ਆਲਾ ਲੇਖਾ ਕੰਪਿਊਟਰ ਚ ਅੰਕ ਪਰੇ ਜਾਂਦੇ ਨੇ ਨੈਵੀਗੇਸ਼ਨਲ ਬਟਨ ਮਾਰਕ ਦਰਸ਼ਕ ਬਟਨ ਹੁੰਦਾ ਹੈ ਜੇਨਾ ਮਾਨੀਟਰ ਉਪਰ ਪੇਜ ਦਿਖਣੇ ਚ ਸਾਇਕ ਹੁੰਦਾ ਹੈ ਪ੍ਰੋਗਰਾਮ ਚ ਪੇਜ ਅਪ ਬਟਨ ਵਿਸ਼ੇ ਦੇ ਦਿਖਣਿਆਲੇ ਭਾਗ ਤੇ ਕਰਸਰ 'ਗੀ ਸਕਰੀਨ ਉੱਪਰ ਅੱਗੇ ਵਧਾਂਦਾ ਹੈ ਪ੍ਰੋਗਰਾਮ 'ਚ ਪੇਜ ਡਾਊਨ ਬਟਨ ਵਿਸ਼ੇ 'ਕੇ ਦਿਖਣਿਆਲੇ ਭਾਗ ਤੇ ਕਰਸਰ 'ਗੀ ਸਕਰੀਨ ਉੱਪਰ ਪਿੱਛੇ ਕਰਦਾ ਹੈ ਪ੍ਰੋਗਰਾਮ 'ਚ ਓਮ ਬਟਨ ਕਰਸਰ 'ਗੀ ਵਿਸ਼ੇ ਦੇ ਸ਼ੁਰੂ 'ਚ ਲੈ ਜਾਂਦਾ ਹੈ ਪ੍ਰੋਗਰਾਮ 'ਚ ਐਂਡ ਬਟਨ ਕਰਸਰ 'ਗੀ ਵਿਸ਼ੇ ਦੇ ਖਿਰੀ ਲਾਈਨ 'ਚ ਲੈ ਜਾਂਦਾ ਹੈ ਪ੍ਰੋਗਰਾਮ ਚ ਇਹ ਤਰ੍ਹਾਂ ਦੇ ਬਟਨ ਸੰਪਾਦਨ ਬਟਨ ਆਖੇ ਜਾਂਦੇ ਜਿਹੜੇ ਕੰਪਿਊਟਰ ਚ ਪਠਨੀਏ ਵਿਸ਼ੇ ਦੇ ਸੰਸ਼ੋਧਨ ਕਰਨੇ ਚ ਸਾਇਕ ਹੁੰਦੇਨ ਸਾਧਾਰਨ ਲੇਖ ਸੰਪਾਦਨ ਪ੍ਰੋਗਰਾਮ ਮੇ ਇਨਸਰਟ ਬਟਨ ਦਾ ਵਰਤੋਂ ਕਿਸੇ ਲੇਖ ਚ ਸ਼ਬਦਾਂ ਕੀ ਪਰ ਨੇ ਤੇ ਲਿਖਾਵਟ ਉੱਪਰ ਸ਼ਬਦ ਦੇ ਪੁਨਰਲੇਖਨ ਚ ਹੁੰਦਾ ਹੈ ਡਿਲੀਟ ਬਟਨ ਲੇਖ ਸੰਪਾਦਨ ਪ੍ਰੋਗਰਾਮ ਵਿੱਚ ਸਾਰੇ ਸ਼ਬਦ ਪਹਿਲੇ ਮੈਂ ਤੁਸੀ ਕੀ ਕੰਪਿਊਟਰ ਦੇ ਬੱਖ-ਬੱਖ ਅੰਗੇਕ ਨੇ ਪਰਚਿਤ ਕਰਾਨੀਆਂ ਇਹ ਮਾਨੀਟਰ ਹੈ ਇਹ ਟੀਲੀਵਿਜ਼ਨ ਅਲਾ ਲਿਖਾ ਹੈ ਇਹਦੇ ਸਕਰੀਨ ਉਪਰ ਆਉਟਪੁੱਟ ਦਿਖਿਆ ਜਾਂਦਾ ਹੈ ਇਹ ਸਿਸਟਮ ਬਾਕਸ ਹੈ ਇਹਦੇ ਚ ਸੈਂਟਰਲ ਪ੍ਰੋਸੈਸਿੰਗ ਯੂਨਿਟ ਅਰਥਾਤ ਸੀਪੀਯੂ ਹੁੰਦਾ ਹੈ ਇਹ ਸੀਪੀਯੂ ਗੇ ਕੰਪਿਊਟਰ ਦਾ ਮੁੱਖ ਦਿਮਾਗ ਹੁੰਦਾ ਹੈ ਇਹ ਕੀਬੋਰਡ ਦਿਮੋਸ ਹੈ ਇਹ ਦੋਨੇ ਇਨਪੁੱਟ ਡਿਵਾਈਸ ਨੇ ਜਿਹੜੇ ਰਾਹੀਂ ਕੰਪਿਊਟਰ ਚ ਡਾਟਾ ਪ੍ਰਯਾਜੰਦਾ ਹੈ ਕੰਪਿਊਟਰ ਗੇ ਜੋੜਨੇ ਦੇ ਲਈ ਸਾਰੇ ਸਭ ਪਹਿਲੇ ਉਸੇ ਮੇਜ਼ ਉੱਪਰ ਰੱਖੋ ਫੀਸ ਸਿਸਟਮ ਬਾਕਸ ਦੇ ਨੇੜੇ ਗਾ ਮਾਨੀਟਰ ਰੱਖੋ ਸਿਸਟਮ ਬਾਕਸ ਦੇ ਪਿੱਛੇ ਦਾ ਹਿੱਸਾ ਦੇਖੋ ਇਹਦੇ ਚ ਬੱਖ-ਬੱਖ ਡਿਵਾਈਸ ਜੋੜਨੇ ਦੇ ਲਈ ਖਾਚੇ ਬਣੇ ਦਿਨ ਜਿਨੇ ਕੀ ਪੋਰਟ ਆਖਦੇਨ ਉਨ ਇਸ ਚਾਲੀ ਦੇ ਮਾਨੀਟਰ ਸਿਸਟਮ ਕਨੈਕਟ ਜੋੜਿਆ ਜਾਂਦਾ ਹੈ ਸਿਸਟਮ ਬਾਕਸ ਵੀਡੀਓ ਪੋਰਟ ਕੀ ਬੀਜੀਏ ਪੋਰਟ ਆਖਦੇਨ ਇਹ ਜਿਹਨੇ ਮਾਨੀਟਰ ਕੀ ਜੋੜਨ ਵਾਲੇ ਤਾਰ ਕੀ ਵੀਜੀਏ ਕੇਵਲ ਆਹਦੇਨ ਵੀਜੀਏ ਕੇਵਲ ਦੇ ਇੱਕ ਸਿਰੇ ਕੀ ਸਿਸਟਮ ਦੇ ਵੀਜੀਏ ਪੋਰਟ ਕਰਨਾ ਤੇ ਦੂਏ ਕੀ ਮਾਨੀਟਰ ਕਨਾ ਜੋੜਿਆ ਜਾਂਦਾ ਕੀਬੋਰਡ 240 ਦੇ ਕਨੈਕਟਰ ਵਾਲੇ ਹੁੰਦੇਨ ਪੀਐਸ 2 ਕਨੈਕਟਰ ਤੇ ਯੂਐਸਬੀ ਕਨੈਕਟਰ ਕੀਬੋਰਡ ਕੀ ਕਨੈਕਟ ਕਰਨ ਦੇ ਲਈ ਉਹਦੇ ਕਨੈਕਟਰ ਦੀ ਸਿਸਟਮ ਦੇ ਉਪਰਯੁਕਤ ਪੋਰਟ ਕ ਨਾਲ ਜੋੜਿਆ ਜਾਂਦਾ ਹੈ ਮਾਊਸ تین ਚਾਲੀ ਦੇ ਕਨੈਕਟਰ ਉੰਦੇਨ ਪੀ ਐਸ 2 ਕਨੈਕਟਰ ਯੂ ਐਸ ਬੀ ਕਨੈਕਟਰ ਤੇ ਸੀਰੀਅਲ ਕਨੈਕਟਰ ਮਾਊਸ ਕੀ ਕਨੈਕਟ ਕਰਨ ਦੇ ਲਈ ਉਹਦੇ ਕਨੈਕਟਰ ਦੀ ਸਿਸਟਮ ਦੇ ਉਪਰਯੁਕਤ ਇਸੇ ਕ ਨਾਲ ਜੋੜਿਆ ਜਾਂਦਾ ਉਸੇ ਚਾਲੀ ਜੇਕਰ ਤੁਸੀਂ ਪ੍ਰਿੰਟਰ ਦੀ ਜੋੜਨਾ ਚਾਹੁੰਦੇ ਹੋ ਦਾ ਉਹਦੇ ਕਨੈਕਟਰ ਜਿਹੜੇ ਇਹਦੇ ਦੋ ਮੇਚਾ ਕੁਛੇ ਇੱਕ ਚਲੇਦਾ ਉਸ ਦੇ ਸਮਾਨਾਂਤਰ ਪੋਰਟ ਤੇ ਯੂ ਐਸ ਬੀ ਪੋਰਟ ਕੀ ਸਿਸਟਮ ਦੇ ਉਪਯੁਕਤ ਪੋਰਟ ਕੰਨਾਂ ਜੋੜੀ ਦਿਓ ਧੰਨਵਾਦ ਗੀਤਾ ਹੁਣ ਅਸ ਕੰਪਿਊਟਰ ਕੀ ਬਿਜਲੀ ਦੇ ਮੇਨ ਬੋਰਡ ਕੰਨਾਂ ਕਿਹਾਂ ਜੋੜੀ ਸਕਨੇ ਆ ਕੰਪਿਊਟਰ ਦੋ ਬਿਜਲੀ ਸਪਲਾਈ ਦੀ ਤਾਰਾਂ ਦੇ ਕੰਨ ਆਂਦਾ ਇੱਕ ਬਿਜਲੀ ਸਪਲਾਈ ਤਾਰ ਕੀ ਸਿਸਟਮ ਯੂਨਟ ਦੇ ਬਿਜਲੀ ਸਪਲਾਈ ਪਲੱਗ ਜੁ ते दुए तार की मानीटर के पोर्ट बलक करो और मगर दौने तारें बिजली बोर्ड या यूपीएस में जोड़ो क्या तुम मग दीद कंप्यूटर किड़ते हैं बिल्कुल कंप्यूटर चालू करने हेठ लिखी दवाइयों का पालन करो पहले सिस्टम यूनिट से मोनीटर दौने की बिजली सप्लाई चालू करो सिस्टम यूनिट का पावर बटन दबाइए चालू करो मॉनिटर दा पावर बटन दबाइए चालू करो किस चिर इंतजार करो देखो जे मॉनिटर पर डिस्प्ले आन लगा है इसी बूट स्क्रीन तुस जान जानते जे बेसिक मोबाइल फोन एक नया यंत्र उन्दा है जेदे ऊपर तुस कॉल कर सकते हो कॉल प्राप्त कर मैसेज लिखिए ते प्राप्त कर आधुनिक मोबाइल फोने पर ਕਈ ਚਾਲਿਤ ਵਿਸ਼ੇਸ਼ਤਾ ਹੁੰਦੀਆਂ ਜਿਵੇਂ ਕਿ ਇੰਟਰਨੈਟ ਖੇਡ ਕੈਮਰਾ ਵੀਡੀਓ ਗੇਮ ਤੇ ਮਾਰਗਦਰਸ਼ਨ ਪ੍ਰਣਾਲੀ ਇਹ ਫੋਨ smartphone ਖਵਾਂਦੇ ਕਿਸ਼ ਮੋਬਾਈਲ ਫੋਨ ਵਿੱਚ ਦੋ ਦੋ SIM ਕਾਰਡ ਇਕੱਠੇ ਕੇ ਫਿੱਟ ਹੋ ਜਾਣ ਦੇ ਇਨੇ ਕੀ ਡਿਊਲ SIM ਫੋਨ ਆਖ ਦੇਣ ਫੋਨ ਤੇ ਬੱਕ ਬੱਕ ਅੰਗੇ ਦੇਖੋ ਪਹਿਲੇ ਫੋਨ ਨੂੰ ਸਵਿਚ ਆਫ ਕਰ ਦਿਓ ਤੇ ਪਿੱਛੇ ਦਾ ਕਵਰ ਕੱਢ ਦਿਓ। ਉਹਦੇ ਮਗਰੋਂ ਫੋਨ ਦੀ ਬੈਟਰੀ ਕੱਢ ਦਿਓ। SIM ਖਾंचे 'ਚ SIM ਪਾਓ। ਖਿੱਚ ਬੈਟਰੀ ਵਾ ਕਵਰ ਪਰਤੀਆ ਲਾਈ ਦਿਓ ਤੇ ਫੋਨ ਕੀ ਚਾਲੂ ਕਰੋ। ਧੰਨਵਾਦ ਗੀਤਾ ਮਿੱਕੀ ਫੋਨ ਦੀ ਬੈਟਰੀ ਚਾਰਜ ਕਰਨੇ 'ਚ ਵੀ ਮੁਸ਼ਕਲ ਹੁੰਦੀ ਹੈ। ਚਿੰਤਾ ਨੀ ਕਰੋ ਬਸ ਇਹਨੇ ਪ੍ਰਕਿਰਿਆ ਦਾ ਅਨੁਸਰਣ ਕਰੋ। ਪਹਿਲਾ ਚਾਰਜਰ ਕੀ ਦੀਵਾਰ ਉੱਪਰ ਬਿਜਲੀ ਦੇ ਬੋਰ ਚ ਲਾਓ। ਤੇ ਚਾਰਜਰ ਕੀ ਫੋਨ ਚ ਲਾਓ ਕੀ ਸਮੇ ਜੇ ਲੈ ਮੋਬਾਈਲ ਬੈਟਰੀ ਫੁੱਲ ਦਸੈ ਤਾਂ ਪਹਿਲੇ ਚਾਰਜਰ ਕੀ ਫੋਨ ਸਮਾ ਕੱਢੋ ਤੇ ਫੇਰ ਦੀਵਾਰ ਸਮਾ ਕੱਢੋ ਮੈਂ ਤੁਸੀ ਕੀ ਸਿਖਾਨੀ ਆ ਜੇ ਫੋਨ ਦੇ ਬਟਨੇ ਕੀ ਲੌਕ ਤੇ ਅਨਲੌਕ ਕਿਹਾਂ ਕੀਤਾ ਜਾਂਦਾ ਆਸਾਂ ਕੀ ਬਟਨੇ ਕੀ ਲਾਕ ਕੈਂ ਕਰਨਾ ਲੋੜ ਚਦਾ ਚਾਚਾ ਜੇ ਲੈ ਤੁਸ ਤੁਸ ਲੰਮੇ ਸਮੇਂ ਤੋੜੀ ਫੋਨ ਦੇ ਇਸਤੇਮਾਲ ਨਹੀਂ ਕਰਾਰ ਦਿਓ ਤਾਂ ਉਸੀ ਲਾਕ ਕਰੀਏ ਰੱਖਣਾ ਖਰਾ ਹੁੰਦਾ ਹੈ ਇਹਦੀ ਇਹ ਪ੍ਰਕਿਰਿਆ ਹੈ ਫੋਨ ਲਾਕ ਕਰਨ ਦੇ ਵੇ ਸਲਕ ਮੈਨੂ ਪਰ ਜਾਈਏ ਤੇ ਸਟਾਰ ਬਟਨ ਦਬਾਓ ਉਹਨੇ ਲਾਕ ਕਿੰਨਾਂ ਖੁੱਲਗ ਇਸੀ ਖੋਲਨੇ ਦੇ ਲਈ ਫੋਨ ਦਾ ਅਨਲੌਕ ਬਟਨ ਦਬਾਈਏ ਤੇ ਫੀ ਸਟਾਰ ਬਟਨ ਦਬਾਓ ਮੇਰੇ ਕੋਲ ਇਹ ਨਿਆ ਮੋਬਾਈਲ ਹੈ ਤੇ ਮੈਗੀ ਇਹ ਥੋੜੀ ਨਹੀਂ ਪਤਾ ਜੇ ਇਹਦੀ ਖੂਬੀਆਂ ਕਿਨ तुस अपने मोबाइल की खूबियाँ दिखने दे ले। पहले मेन्यू आइकन पर छुओ या मेन्यू बटन दबाओ ने फोन दे सारे फीचर नज़र आन लग ते पिछे जाने दे ले, पिछे आइकन की छुओ या, या बटन दबाओ परतिय शुरू च ले जाने होम आइकन छुओ या बटन दबाओ बेसिक फोन या टचस्क्रीन फोन रिंग टोन बदलने लिए नियम प्रक्रिया अपनाओ बेसिक फोन दे लिए पहले मेनू चुनो फी सेटिंग, फी टोन चुनो फी खिए रिंग टोन पर जाओ फी गैलरी खोलने लिए गैलरी पर जाओ जिथे पर कई रिंग टोने की सूची नजर आओ उन तुस अपनी इच्छा अनुसार टोन का चयन कर सकते हो स्क्रीन ਮੈਂ ਆਪਣੇ ਫੋਨ 'ਚ అలਾਰਮ ਸੈੱਟ ਕਰਨਾ ਚਾਹੁੰਦਾ। ਕੀ ਆ ਬਡਲੈਸ ਵਿਲਾ అలਾਰਮ ਸੈੱਟ ਕਰਨੇ 'ਚ ਤੂੰ ਮੇਰੀ ਮਦਦ ਕਰ ਸਕਦੀ ਏ? ਇਸ ਚਾਲੀ ਦੀ ਪ੍ਰਕਿਰਿਆ ਕੀ ਤਸ ਆਪੂ ਕਰ ਸਕਦੇ ਹੋ? ਬੇਸਿਕ ਫੋਨ ਦੇ ਲਈ ਪਹਿਲੇ ਮੈਨੂ 'ਚ ਅਨੁਪਯੋਗ ਚੁਨੋ ਫੀ అలਮ ਕੜੀ। ਉਹਦੇ ਮਗਰਾਂ అలਮ ਦਾ ਸਮਾਂ ਸੈੱਟ ਕਰੀਏ, ਸੇਵ ਚੁਨੋ। ਜੇਕਰ ਤੂੰ ਇਸ అలਮ ਦੀ ਦੁਰਾਣਾ ਚਾਹੁੰਦੇ ਹੋ ਤਾਂ ਚੈਨ ਦੇ ਵਿਕਲਪ 'ਚ या दोहरा फी द चयन करिए संपन्न चुनो टच स्क्रीन फोन प्रक्रिया अपनाओ पहले मेनु छुओ, फी कड़ी छुओ फी अलार्म छुओ, अलार्म का समा सेट करिए सेव चुनो दीदी भला तुस असेंगे टैबलेट के बारे हो हाँ जरूर मैं उन्हें दसने टैबलेट एक कम्पैक्ट डिवाइस है जहाँ एक स्मार्टफोन अथवा एक लैपटॉप अथवा कंप्यूटर लेखा है आजकल टैबलेट अपने सुविधाजनक आकार ते फीचर दे सरल उपयोग दे कारण बड़ा लोकप्रिय हो इतनी बरतून इंटरनेट पर ब्राउजर मेल चेक करना ਡਾਊਨਲੋਡ ਤੇ ਕਿਤਾਬیں ਪੜਨਾ ਖੇਡ ਖੇਡਣਾ ਵੀਡੀਓ ਦੇਖਣ ਦੇ ਇਲਾਵਾ ਸੰਗਠਕ ਦੇ ਰੂਪ ਚ ਕੀਤਾ ਜਾਂਦਾ ਹੈ ਟੈਬਲੇਟ ਵਕ ਵਕ ਚੱਲੀ ਰਹੇ ਹੁੰਦੇ ਨੇ ਇੱਥੇ ਕਿਸ਼ਕਨ ਬੁੱਕਲੇਟ ਟੈਬਲੇਟ ਪੀਸੀ ਦਾ ਸਾਰੇ ਸ਼ ਸਲਤਮ ਰੂਪ ਹੈ ਜਿਹੜਾ ਕਿਤਾਬ ਵਾਲਾ ਲੇਖਾ ਨਜ਼ਰ ਆਉਂਦਾ ਹੈ ਇਸ ਡਿਵਾਈਸ ਤੇ ਦੋਨੇ ਬੱਖੀ ਡਿਸਪਲੇ ਹੁੰਦਾ ਹੈ ਤੇ ਇਹਦੀ ਕਾਰਜ ਪ੍ਰਣਾਲੀ ਦੋਨੇ ਬੱਖੀ ਛੁਨੇਕ ਨੇ ਕੰਮ ਕਰਦੀ ਹੈ ਇਹ ਅਥੇ ਵੀ ਲਿਖਣ ਕੀ ਪਛਾਨ ਵਾਲਾ ਸੌਫਟਵੇਅਰ ਹੁੰਦਾ ਹੈ ਜਿਹੜਾ ਤੁਸੀਂ ਕੀ ਸਕਰੀਨ ਉੱਪਰ ਉਹਨਾਂ ਕਾ ਲਿਖਣ ਦੀ ਅਨੁਮਤੀ ਦਿੰਦਾ ਜਿਹਾ ਕਿ ਤੁਸੀਂ ਪੇਪਰ ਉੱਪਰ ਲਿਖੀ ਸਕਦੇ ਹੋ ਸਲੇਟ ਸਾਰੇ ਸ਼ਾ ਸਾਧਾਰਨ ਤੇ ਸਾਰੇ ਸ਼ਾ ਜ਼ਾਦਾ ਪਾਏ ਜਾਣਿਆਲਾ ਟੈਬਲੇਟ ਪੀਸੀ ਹੈ ਜਿਹੜਾ ਜ਼ਿਆਦਾਤਰ ਮਨੋਰੰਜਨ ਦੇ ਲਈ ਫਿਲਮ ਦੇਖਣ ਦੇ ਲਈ ਇੰਟਰਨੈਟ ਚਲਾਉਣ ਦੇ ਲਈ ਵੀਡੀਓ ਦੇਖਣੇ ਵੀਡੀਓ ਕਾਲ ਕਰਨੇ ਤੇ ਦੋਸਤਾਂ ਤੇ ਕਰਨਾ ਚੈਟ ਕਰਨੇ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ ਕਨਵਰਟਿਬਲ ਟੈਬਲੇਟ ਲਗਭਗ ਪਰੰਪਰਿਕ ਲੈਪਟਾਪਾਂ ਨਾਲ ਲਿਖਿਆ ਗਿਆ ਉਹ ਦਿਨ ਇਹਦੇ ਚ ਬਸ ਇੱਕ ਵੱਡਾ ਫਰਕ ਇਹ ਹੁੰਦਾ ਜੇ ਇਹਦੇ ਚ ਟੱਚ ਸਕ੍ਰੀਨ ਡਿਸਪਲੇ ਹੁੰਦਾ ਜਿਸੀ 180 ਡਿਗਰੀ ਤੋੜੀ ਕੁਮਾਇਆ ਜਾ ਸਕਦਾ ਹੈ ਹਾਈਬ੍ਰਿਡ ਟੈਬਲੇਟ ਸਲੇਟ ਤੇ ਕਨਵਰਟਿਬਲ ਟੈਬਲੇਟ ਦੋਨੇ ਦੇ ਸਾਰੇ ਸ਼ਬ ਵੱਡੀ ਵਿਸ਼ੇਸ਼ਤਾ ਮਿਲਦੀਆਂ ਹੁੰਦੀਆਂ ਹਾਈਬ੍ਰਿਡ ਟੈਬਲੇਟ ਬੱਖ ਹੋਈ ਸਕਣਿਆਲੀ ਕੀਬੋਰਡ ਦੇ ਕੇ ਨਾਂਦਨ ਜਿਹੜੀ ਕਿ ਦਿੱਤੇਗੇ ਸਲਟ ਦੇ ਰਾਹੀਂ ਸਲੇਟ ਪੀਸੀ ਚ ਜੋੜੀਏ ਟੈਬਲੇਟ ਪੀਸੀ ਚ ਬਦਲੇ ਜਾ ਸਕਦੇ। ਇੱਕ ਰਗੜ ਟੈਬਲੇਟ ਉਹਨ ਉਪਯੋਗ ਕਰਤਾں ਦੇ ਲਈ ਖਰੀਏ ਜਿਹੜੀ ਕਠਨ ਵਾਤਾਵਰਣ ਪਸਥਿਤੀ ਚ ਕੰਮ ਕਰਦੀ। ਇੰਦੇ ਅੰਦਰ ਦੀ ਕੀ ਹਾਰਡ ਡਰਾਈਵ ਚਟਕੇਗੀ ਸੈਨ ਕਰਨਯਾਲੀ ਤੇ ਇੰਦਾ ਸੁਰੱਖਿਆਤਮਕ ਕਵਚ ਇਹਨੇ ਕੀ ਕਾਫੀ ਟਿਕਾਊ ਬਣਾਉਂਦਾ ਹੈ। ਇਹ ਇੱਕ ਗੱਲ ਤੁੰ ਦੇ ਲਈ ਧਿਆਨ ਚ ਰੱਖਣੀ ਬੜੀ ਜ਼ਰੂਰੀ ਹੈ ਜੇ ਪਹਿਲੀ ਵਾਰ ਇੰਦਾ ਉਪਯੋਗ ਕਰਨੇ ਸਮਾਂ ਪਹਿਲੇ ਇੰਦੀ ਬੈਟਰੀ ਕੀ ਕੱਟ ਸਮਾਂ ਕੱਟ 6 ਸਮਾਂ 7 ਘੰਟੇ ਚਾਰਜ ਕਰਨਾ ਚਾਹੀਦਾ ਜਦ ਕੀ ਬੈਟਰੀ ਪੂਨ ਰੂਪ ਕਨ ਚਾਰਜ ਨਹੀਂ ਹੋਈ ਜਾ। ਅਸ ਬੈਟਰੀ ਕਿਹਾਂ ਚਾਰਜ ਕਰਨੀ ਹੈ ਇਹਨੇ ਚਰਨੇ ਦਾ ਅਨੁਸਰਣ ਕਰੋ। ਪਹਿਲੇ ਕੇਵਲ ਕੀ ਚਾਰਜਰ ਹੈਡ ਚ ਲਾਓ ਤੇ ਪਲੱਗ ਕੀ ਸਟੈਂਡਰਡ AC ਪਾਵਰ ਚ ਲਾਈ ਦਿਓ। ਡਿਵਾਈਸ ਆਪਣੇ ਆਪ ਚਾਰਜ ਉਹ ਲਬੀ ਹੈ ਡਿਵਾਈਸ ਤੇ ਪੂਰਾ ਚਾਰਜ ਹੋਣੇ ਦੇ ਮਗਰਾਂ ਚਾਰਜਰ ਦੀ ਪਲੱਗ ਕਨੈ ਅਟਾਈ ਦੇ ਨਾਲ ਉਲਟਦਾ ਡਿਵਾਈਸ ਹਾਂ